ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਲਾਈ ਸੈਂਟਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੂਟ ਦੀ ਕਟਾਈ ਜਿਹੜਾ ਲੈਨਿੰਗ ਵਾਲਾ ਸੂਟ ਹੁੰਦਾ ਉਹਦੀ ਆਪਾਂ ਕਟਾਈ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਨਾਲ ਦੀ ਨਾਲ ਆਪਾਂ ਲੈਨਿੰਗ ਵੀ ਕੱਟ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਲੈਨਿੰਗ ਦੀ ਕਟਾਈ ਹੁੰਦੀ ਹੈ ਇਹ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਇਕ ਜਰੂਰ ਕਰ ਲਿਆ ਕਰੋ ਤਿਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਅੱਜ ਸ਼ੁਰੂ ਕਰੀਏ ਕਟਾਈ ਦੀ ਵੀਡੀਓ ਇਹ ਦੇਖੋ ਜੀ ਨਾਪ ਆਗਾ ਸਾਢੇ 43 ਨਾਪ ਆ 16 ਇੰਚ ਬਾਹਾਂਗੀ 18 18 ਘੇੜ ਤੇ ਹਿੱਪਾ ਜੀ ਇਹ ਆਪਾਂ ਦੇਖੋ ਕੱਪੜਾ ਲੈਤਾ ਕਢਾਈ ਵਾਲਾ ਸੂਟ ਆਗਾ 5 ਮੀਟਰ ਦਾ ਸੂਟ ਆ ਇਹਨੂੰ ਆਪਾਂ ਪਹਿਨਾ ਕਢਾਈ ਨੂੰ ਵਿਚਾਲਾ ਕਰਨਾਗਾ ਇਸ ਤਰ੍ਹਾਂ ਫੜ ਕੇ ਆਪਾਂ ਨੇ ਵਿਚਾਲਾ ਕਰਕੇ ਆਪਾਂ ਨੇ ਉੱਪਰ ਚੱਕ ਕੇ ਇਸ ਤਰ੍ਹਾਂ ਤੈਹ ਲਾਉਣੀ ਆ ਕੱਪੜੇ ਦੀ ਕੱਪੜੇ ਨੂੰ ਦੇਖੋ ਉੱਪਰ ਚੱਕਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਵੀ ਇਹ ਚ ਕਾਣ ਹੁੰਦਾ ਤਾਂ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਵੀ ਇਸ ਕੱਪੜੇ ਦੇ ਵਿੱਚ ਕਾਣਾਗਾ ਹੁਣ ਕਢਾਈ ਨੂੰ ਸੈੱਟ ਕਰਕੇ ਆਪਾਂ ਨੇ ਚੰਗੀ ਤਰ੍ਹਾਂ ਦੇਖੋ ਤੈਹ ਲਾ ਲੈਣੀ ਆ ਕੱਪੜਾ ਦੇਖੋ ਥੋੜਾ ਜਿਹਾ ਇਹ ਛਿਲਕੀ ਆ ਇਸ ਕਰਕੇ ਆਪਾਂ ਹੌਲੀ-ਹੌਲੀ ਦੇਖੋ ਇਹਦੀ ਤੈਹ ਲਾਵਾਂਗੇ ਕਿਉਂਕਿ ਦੇਖੋ ਜਿਹੜਾ ਸੂਤੀ ਕੱਪੜਾ ਹੁੰਦਾ ਤਾਂ ਉਹਦੀ ਤਾਂ ਦੇਖੋ ਪਤਾ ਹੀ ਇਹ ਵੀ ਛੇਤੀ ਤੈਂ ਲੱਗ ਜਾਂਦੀ ਹੈ ਸੈੱਟ ਛੇਤੀ ਹੋ ਜਾਂਦਾ ਕੱਪੜਾ ਉਹ ਤੇ ਜਿਹੜਾ ਦੇਖੋ ਥੋੜਾ ਜਿਹਾ ਛਿਲਕੀ ਕੱਪੜਾ ਹੁੰਦਾ ਉਹਦੀ ਦੇਖੋ ਸੈਟਿੰਗ ਕਰਨੀ ਥੋੜੀ ਔਖੀ ਹੋ ਜਾਂਦੀ ਆ ਆ ਦੇਖੋ ਪਹਿਨਾ ਆਪਾਂ ਨੇ ਲੰਬਾਈ ਲਾਉਣੀ ਆ ਇਹ ਨਾਪ ਦੇ ਹਿਸਾਬ ਨਾਲ ਦੇਖੋ ਆਪਾਂ ਨੇ ਲੰਬਾਈ ਰੱਖਣੀ ਹੈ ਜਿੰਨੀ ਵੀ ਆਪਾਂ ਰੱਖਣੀ ਆ ਇਹਦੀ ਆਪਾਂ 43.5 ਇੰਚ ਰੱਖਾਂਗੇ ਸਾਡੇ 6 ਮੋਡੇ ਦਾ ਨਿਸ਼ਾਨ ਜੀ ਉਸ ਤੋਂ ਬਾਅਦ ਪਲੋਈ ਪਲੋਈ ਦਾ ਨਿਸ਼ਾਨ ਦੇਖੋ ਜਦੋਂ ਵੀ ਲਾਉਣਾਗਾ ਆਪਣੇ ਨਾਪ ਦੇ ਹਿਸਾਬ ਨਾਲ ਹੀ ਲੱਗਦਾਗਾ ਪਲੋਈ ਦਾ ਨਿਸ਼ਾਨ ਇਸ ਤਰ੍ਹਾਂ ਦੇਖੋ ਆਪਾਂ ਛੇਗਿਰ ਦੀ ਮਦਦ ਨਾਲ ਸਿੱਧੇ ਨਿਸ਼ਾਨ ਲਾ ਲੈਣੇ ਆ ਹੁਣ ਨੀਚੇ ਦੇਖੋ ਇਹ ਪਲੁਈਆਂ ਦੇ ਨਿਸ਼ਾਨ ਆਗੇ ਦੋਨੇ ਜਿਹੜੀ ਲੰਬੀ ਪਲੋਈ ਪਾਉਣੀ ਆ ਉਹ ਆਪਾਂ 7 ਇੰਚ ਤੇ ਪਾਈ ਹੈ ਜੀ ਉਸ ਤੋਂ ਬਾਅਦ ਦੇਖੋ ਜਿਹੜਾ ਤੀਰਾ ਉਹਦਾ ਨਿਸ਼ਾਨ ਲਾਉਣਾਗਾ ਉਸ ਤੋਂ ਬਾਅਦ ਦੇਖੋ ਆਪਾਂ ਲਾਵਾਂਗੇ ਛਾਤੀ ਦਾ ਨਿਸ਼ਾਨ ਤੇ ਉਸ ਤੋਂ ਬਾਅਦ ਦਵਾ ਦਾ ਇਹ ਦੇਖੋ ਸਾਹਮਣਾ ਦਾ ਜਿੰਨਾ ਵੀ ਰੱਖਣਾ ਉਸ ਤੋਂ ਬਾਅਦ ਪਲੋਈਆਂ ਦੇ ਨਿਸ਼ਾਨ ਆ ਜੀ ਇਹ 3.5 ਇੰਚ ਪਲੋਈ ਦਾ ਨਿਸ਼ਾਨ ਲਾਇਆ ਆਪਾਂ ਨੇ ਇਸ ਤਰ੍ਹਾਂ ਹੁਣ ਸਾਈਡ ਵਾਲੀ ਸਿਲਾਈ ਲਾਉਣੀ ਆ 15 ਇੰਚ ਸਿਲਾਈ ਰੱਖੀ ਆਪਾਂ ਨੇ ਦੇਖੋ ਉਸ ਤੋਂ ਬਾਅਦ ਦੇਖੋ ਜਿੰਨਾ ਵੀ ਘੇੜ ਰੱਖਣਾ ਘੇੜ ਤੋਂ ਆਪਾਂ 3 ਇੰਚ ਜ਼ਿਆਦਾ ਰੱਖਾਂਗੇ ਕਿਉਂਕਿ ਆਪਾਂ ਨੇ ਸਿੰਪਲ ਬਣਾਉਣਾ ਪੈਪਨ ਨਹੀਂ ਲਾਉਣੀ ਜੇ ਆਪਾਂ ਪੈਪਨ ਲਾਉਣੀ ਹੈ ਤਾਂ ਆਪਾਂ 4 ਇੰਚ ਰੱਖ ਲੈਣੇ ਆ ਫਿਰ ਇਸ ਤਰ੍ਹਾਂ ਇਹ ਪਹਨ ਕਟਾਈ ਦਾ ਨਿਸ਼ਾਨ ਲਾ ਰਹੇ ਆ ਸਿੱਧਾ ਇਹ ਦੇਖੋ ਇਹ ਆਪਾਂ ਕਟਾਈ ਦਾ ਨਿਸ਼ਾਨ ਲਾਇਆ ਹੁਣ ਆਪਾਂ ਦੇਖੋ ਥੋੜੀ ਜਿਹੀ ਗਲਾਈ ਪਾਵਾਂਗੇ ਇਸ ਤਰ੍ਹਾਂ ਕਿਉਂਕਿ ਜਿਹੜੀ ਆਪਾਂ ਮੋਡੇ ਦੀ ਛਾਂਟ ਪਾਉਣੀ ਆ ਤਾਂ ਜਿੱਦਾਂ ਆਪਾਂ ਨਿਸ਼ਾਨ ਲਾਣੇ ਆ ਤਾਂ ਉਸ ਤਰੀਕੇ ਨਾਲ ਬਹੁਤ ਵਧੀਆ ਜਿਹੜੀ ਛਾਂਟ ਪੈਂਦੀ ਆ ਹਾਂ ਏ ਕੋਲ ਆਪ ਇਸ ਤਰੀਕਾ ਨਾਲ ਗਲਾਈ ਪਾ ਦਾਂਗੇ ਇਹ ਦੇਖੋ ਮੂਰਲਾ ਫਰੰਟ ਦਾ ਜਿਹੜਾ ਇਹ ਆਪਣਾ ਕੱਟਿਆ ਗਿਆ ਇਹ ਆਪਾਂ ਦੇਖੋ ਜਿਹੜੇ ਪਲੁਈਆਂ ਦੇ ਨਿਸ਼ਾਨ ਲਾਉਣੇ ਉਹਦੇ ਆਪਾਂ ਟੱਕ ਲਾਏ ਆਗੇ ਉਸ ਤੋਂ ਬਾਅਦ ਦੇਖੋ ਹੁਣ ਆਪਾਂ ਬੈਗ ਕੱਢਾਂਗੇ ਇਹ ਦੇਖੋ ਫालतू ਦਾ ਕੱਪੜਾ ਗਾ ਇਹ ਦੇਖੋ ਕੋਈ ਕੰਮ ਨਹੀਂ ਆਉਂਦਾ ਇਸ ਕਰਕੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਆਪਾਂ ਮੂਰਿਆਂ ਦੇ نیچے ਲਾ ਦਾਂਗੇ ਕੱਪੜਾ ਹੁਣ ਦੇਖੋ ਆਪਾਂ ਕੱਢਣੀ ਆ ਬੈਗ ਬੈਗ ਵੀ ਦੇਖੋ ਆਪਾਂ ਜਿੱਦਾਂ ਦਵਾਰ ਰੱਖਣਾ ਉਹਦੇ ਹਿਸਾਬ ਨਾਲ ਨਿਸ਼ਾਨ ਲੈ ਲੈਣਾ ਜਿੰਨਾ ਵੀ ਆਪਣਾ ਘੇਰਾਗਾ ਉਹਦੋਂ 3 ਇੰਚ ਆਪਾਂ ਨੇ ਜ਼ਿਆਦਾ ਦੇਖੋ ਲਾ ਲੈਣਾਗਾ ਇਸ ਤਰ੍ਹਾਂ ਆਪਾਂ ਇਹ ਵੀ ਕੱਪੜਾ ਦੇਖੋ ਉਸੇ ਤਰ੍ਹਾਂ ਹੀ ਸੈੱਟ ਕਰਾਂਗੇ ਇਹ ਹੁਣ ਆਪਾਂ ਦੇਖੋ ਉੱਪਰ ਧਰ ਲੈਣਾ ਫਰਾਂਟ ਇਹਦੇ ਜਿਹੜਾ ਬੈਕ ਦਾ ਕੱਪੜਾ ਉਹਦੇ ਉੱਪਰ ਆਪਾਂ ਨੇ ਫਰਾਂਟ ਧਰ ਲੈਣਾ ਇਸ ਤਰੀਕੇ ਨਾਲ ਤਾਂ ਦੇਖੋ ਚੰਗੀ ਤਰ੍ਹਾਂ ਸੈੱਟ ਕਰਕੇ ਉਸ ਤੋਂ ਬਾਅਦ ਆਪਾਂ ਨੇ ਕਟਾਈ ਸ਼ੁਰੂ ਕਰਨੀ ਆ ਆ ਦੇਖੋ ਕੱਪੜਾ ਆਪਾਂ ਨੇ ਸੈੱਟ ਕਰ ਲਿਆ ਹੁਣ ਆ ਦੇਖੋ ਆਪਾਂ ਜਿਹੜਾ ਮੜਾਈ ਚ ਵੀ ਦੇਖੋ ਕਾਣਾ ਥੋੜਾ ਜਿਹਾ ਉਹ ਵੀ ਕੱਢ ਕੇ ਤੇ ਹੁਣ ਆਪਾਂ ਦੇਖੋ ਕਟਾਈ ਕਰ ਦੇਣੀ ਆ ਇਸ ਤਰੀਕੇ ਨਾਲ ਹੁਣ ਆਪਾਂ ਦੇਖੋ ਦੂਆਰ ਰੱਖਣਾ ਜੀ ਇਹ ਬੈਗ ਦਾ 1.5 ਇੰਚ ਵਾਂਗੂ ਦੇਖੋ ਆਪਾਂ ਨੇ ਦੂਆਰ ਰੱਖਿਆ ਇਹ ਅੱਧਾ ਇੰਚ ਆਪਾਂ ਨੇ ਉੱਪਰ ਦੂਆਰ ਰੱਖਿਆਗਾ ਜਿਹੜਾ ਆਪਾਂ ਤੀਰਾ ਕਹਿ ਦਿੰਨੇ ਆਪਾਂ ਉਹਨੂੰ ਤੇ ਇਹ ਆਪਾਂ ਪਲੋਈਆਂ ਦੇਨੇ ਸਨ ਇਸੇ ਤਰੀਕੇ ਨਾਲ ਦੇਖੋ ਆਪਾਂ ਨੂੰ ਕੱਢਣੇ ਚਾਹੀਦੇ ਹੈਗੇ ਕਿਉਂਕਿ ਜਦੋਂ ਇਸ ਤਰੀਕੇ ਨਾਲ ਆਪਾਂ ਇਨਸ਼ਾਨ ਕੱਢਦੇ ਆ ਤਾਂ ਬਿਲਕੁਲ ਸਹੀ ਨਿਸ਼ਾਨ ਆਉਂਦਾਗਾ ਆ ਦੇਖੋ ਥੋੜੇ ਥੋੜੇ ਕੈਂਚੀ ਨਾਲ ਦੇਖੋ ਨਿਸ਼ਾਨ ਬਣ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਚਾਕ ਨਾਲ ਨਿਸ਼ਾਨ ਲਾ ਲੈਨੇ ਆਂਗੇ ਉਸ ਤੋਂ ਬਾਅਦ ਦੇਖੋ ਬੈਕ ਦੇ ਨਿਸ਼ਾਨ ਇਸੇ ਤਰ੍ਹਾਂ ਹੀ ਇਹ ਦੇਖੋ ਕਮੀਜ਼ ਦੀ ਕਟਾਈ ਹੋ ਗਈ ਇਸ ਤਰੀਕੇ ਨਾਲ ਆਪਾਂ ਨੇ ਕਟਾਈ ਕੀਤੀ ਹੈ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸ ਰਹੇ ਹਾਂ ਉਸ ਤੋਂ ਬਾਅਦ ਦੇਖੋ ਆਪਾਂ ਨੇ ਜਿਹੜਾ ਹੁਣ ਜੈਂਪਰ ਦੇ ਨਾਲੋਂ ਪੀਸ ਆ ਉਹਦੇ ਆਪਾਂ ਪਾਵਾਂਗੇ ਪਹੁੰਚੇ ਇਸ ਤਰੀਕੇ ਨਾਲ ਹੀ ਆਪਾਂ ਪਹੁੰਚੇ ਹੁਣ ਕਟਾਈ ਕਰਾਂਗੇ ਪਹੁੰਚੇ ਵੀ ਦੇਖੋ ਜਿਸ ਤਰ੍ਹਾਂ ਜਿੰਨੀ ਤੁਹਾਡੀ ਲੰਬਾਈ ਹੈ ਉਹਦੇ ਹਿਸਾਬ ਨਾਲ ਤੰਨੇ ਚ ਆਪਾਂ ਕੱਟ ਕਰਕੇ ਤੇ ਕਟਾਈ ਆਪਨੇ ਕਰ ਲੈਣੀ ਆਗੀ ਜਿੰਨੀ ਤੁਹਾਡੀ ਲੰਬਾਈ ਆ ਜਿੱਦਾਂ 36 ਲੰਬਾਈ ਆ ਤਾਂ ਤੁਸੀਂ 3 ਇੰਚ ਘਟਕੇ ਤੁਸੀਂ ਕਟਾਈ ਕਰ ਲਓ ਇਸ ਤਰ੍ਹਾਂ ਆਪਾਂ ਨੇ ਇਹ ਕਟਾਈ ਕਰਨੀ ਆ ਪੌਂਚਾ ਵੀ ਦੇਖੋ ਨਾਪ ਦੇ ਹਿਸਾਬ ਨਾਲ ਹੀ ਪਾਉਣਾ ਵੈਸੇ ਤਾਂ ਦੇਖੋ ਕੜਾਈ ਦੇ ਹਿਸਾਬ ਨਾਲ ਹੀ ਪੌਂਚਾ ਪਾਉਣਾ ਪੈਂਦਾ ਆਪਾਂ ਨੂੰ ਜਿੱਦਾਂ ਕਿ ਦੇਖੋ 12 ਇੰਚ ਨਿਕਲਦਾ ਤਾਂ 12 ਇੰਚ ਦੇ ਹਿਸਾਬ ਨਾਲ ਕਈ ਵਾਰ ਦੇਖੋ ਪੌਂਚਾ ਹੀ ਬਹੁਤ ਘੱਟ ਨਿਕਲਦਾ ਕੜਾਈ ਦੇ ਹਿਸਾਬ ਨਾਲ ਸਿਰਫ 10 ਇੰਚ ਹੀ ਪਹੁੰਚਾ ਨਿਕਲਦਾ ਤਾਂ ਆਪਾਂ ਨੂੰ ਉਸੇ ਤਰੀਕੇ ਨਾਲ ਹੀ ਦੇਖੋ ਕਟਾਈ ਕਰਨੀ ਪੈਂਦੀ ਆ। ਇਹ ਕਟਾਈ ਹਮੇਸ਼ਾ ਦੇਖੋ ਕੱਪੜੇ ਦੇ ਹਿਸਾਬ ਨਾਲ ਹੀ ਹੁੰਦੀ ਹੈਗੀ। ਜਿਸ ਤਰ੍ਹਾਂ ਦਾ ਕੱਪੜਾ ਹੁੰਦਾ ਉਸੇ ਹਿਸਾਬ ਨਾਲ ਦੇਖੋ ਇਹ ਕਟਾਈ ਹੁੰਦੀ ਹੈਗੀ। ਇਹ ਹੁਣ ਆਪਾਂ 12 ਇੰਚ ਪਹੁੰਚਾ ਪਾਈ ਜੰਨੇ ਆਗੇ। ਕਿਉਂਕਿ 12 ਇੰਚ ਕੱਪੜਾ ਇਹਦੇ ਨਾਲੋਂ ਆਪਾਂ ਨੂੰ ਜਿਹੜਾ ਹੈਗਾ ਉਹ ਤਿਆਰ ਆਗਾ। ਤੇ ਜਿਹੜੀ ਦੇਖੋ ਦੂਸਰੀ ਸਾਈਡ ਕੱਪੜਾ ਦਾ ਇਹ ਵੀ ਆਪਾਂ ਦੇਖੋ ਜਿਹੜਾ ਖਰਚੇ ਦਾ ਕੰਮ ਹੁੰਦਾ ਉਹਦੇ ਆਪਾਂ ਉਹਦੇ 'ਚ ਵਰਤੋਂ ਕਰਾਂਗੇ ਹੁਣ ਆਪਾਂ ਦੇਖੋ ਇਸ ਤਰ੍ਹਾਂ ਪਹੁੰਚੇ ਨੂੰ ਮੋੜ ਕੇ ਅੱਧੇ ਇੰਚ ਦੀ ਦੇਖੋ ਛਾਂਟ ਪਾਵਾਂਗੇ ਇਸ ਤਰੀਕੇ ਨਾਲ ਛਾਂਟ ਪਾ ਮੰਗਿਆ ਦੇਖੋ ਇਹਦੇ ਨਾਲ ਦੇਖੋ ਕਦੇ ਵਾਸਤੇ ਸਲਵਾਰ ਉੱਚੀ ਨਹੀਂ ਹੁੰਦੀ ਜੇ ਕਈ ਵਾਰ ਤੁਸੀਂ ਸੋਚੋ ਵੀ ਸਲਵਾਰ ਉੱਚੀ ਹੋ ਜੂ ਸਲਵਾਰ ਉੱਚੀ ਨਹੀਂ ਹੁੰਦੀ ਬਿਲਕੁਲ ਵੀ ਉਸ ਤੋਂ ਬਾਅਦ ਦੇਖੋ ਜਿਹੜੇ ਪਹੁੰਚੇ ਦੇ ਉੱਪਰ ਇਹ ਕੱਪੜਾ ਬਚ ਗਿਆ ਆਪਣੇ ਕੋਲੇ ਇਹਦਾ ਦੇਖੋ ਆਪਾਂ ਪਾ ਦਾਂਗੇ ਬੈਲਟ ਆ ਦੇਖੋ ਇਹ ਦੇਖੋ ਕੋਈ ਜ਼ਰੂਰੀ ਨਹੀਂ ਹੁੰਦਾ ਕਈ ਵਿੱਚੋਂ ਆਪਣਾ 벨ਟ ਪਾਊਗਾ ਕਈ ਵਾਰ ਦੇਖੋ ਕੱਪੜਾ ਘੱਟ ਵੀ ਨਿਕਲਦਾਗਾ ਤਾਂ ਆਪਾਂ ਨੂੰ ਫਿਰ ਕੱਪੜਾ 벨ਟ ਹੋਰ ਪਾਉਣਾ ਪੈਂਦਾਗਾ ਇਹਦਾ ਦੇਖੋ ਨਾਪ ਪਤਲਾ ਸੀ ਤਾਂ ਇਸ ਕਰਕੇ ਦੇਖੋ ਇਹ 벨ਟ ਪੂਰਾ ਪੂਰਾ ਇਹਦੇ ਵਿੱਚੋਂ ਨਿਕਲਿਆ ਆ ਤੇ ਜੇ ਕਈ ਵਾਰ ਨਾ ਵੀ 벨ਟ ਨਿਕਲੇ ਤਾਂ 벨ਟ ਆਪਾਂ ਨੂੰ ਅਲੱਗ ਕੱਟਣਾ ਪੈਂਦਾਗਾ ਫਿਰ ਆ ਦੇਖੋ ਇਹ ਆਪਾਂ ਨੇ ਬੈਲਟ ਜਿਹੜੀ ਬੈਲਟ ਦੀ ਕਟਾਈ ਕਰ ਲਈ ਆ ਦੇਖੋ ਜੀ ਉਸ ਤੋਂ ਬਾਅਦ ਹੁਣ ਇਹ ਕੱਪੜੇ 'ਚ ਦੇਖੋ ਹੁਣ ਆਪਾਂ ਕਰਾਂਗੇ ਕੁੰਦੇ ਤਿਆਰ ਸੌਰੀ ਪਹਿਨਾ ਆਪਾਂ ਬਾਹ ਵੀ ਲਾਉਣੀ ਆ ਬਾਹ ਦਾ ਕੱਪੜਾ ਆਪਾਂ ਲਾਵਾਂਗੇ ਪਹਿਨਾ ਇਸ ਤਰ੍ਹਾਂ ਆਪਾਂ ਨੇ ਸੈੱਟ ਕਰ ਲਿਆ ਕੱਪੜੇ ਨੂੰ ਹੁਣ ਦੇਖੋ ਆਪਾਂ ਕੱਟਾਂਗੇ ਬਾਜੂ ਬਾਜੂ ਦੇਖੋ ਆਪਾਂ ਨੇ ਨਾਪ ਦੇ ਹਿਸਾਬ ਨਾਲ ਹੀ ਕਟਣੀਆਂ ਦੇਖੋ ਥੋੜਾ ਜਿਹਾ ਵਿੱਚੋਂ ਕਾਣ ਹੁੰਦਾ ਕੱਪੜੇ 'ਚ ਦੇਖੋ ਕਾਣ ਜਰੂਰ ਪੈਂਦਾਗਾ ਤਾਂ ਆਪਾਂ ਨੂੰ ਕੱਪੜਾ ਸੈੱਟ ਕਰਕੇ ਹੀ ਸਾਰਾ ਕਟਾਈ ਕਰਨੀ ਪੈਂਦੀ ਹੈਗੀ ਆ ਦੇਖੋ ਜਦੋਂ ਵੀ ਹੁਣ ਦੇਖੋ ਆਪਾਂ ਤੈਹ ਲਾਉਣੇ ਆ ਤੇ ਕੱਪੜਾ ਦੇਖੋ ਬਾਦ ਘਾਟ ਹੁੰਦਾ ਹੀ ਆ ਤਾਂ ਉਹ ਆਪਾਂ ਨੂੰ ਸੈੱਟ ਕਰਨਾ ਪੈਂਦਾ ਜੇ ਆਪਾਂ ਉਸੇ ਤਰ੍ਹਾਂ ਹੀ ਦੇਖੋ ਆਪਾਂ ਉਹਦੀ ਤੈਹ ਲਾ ਕੇ ਕਟਾਈ ਕਰਾਂਗੇ ਤਾਂ ਦੇਖੋ ਬਾਅਦ ਦੇ ਵਿੱਚ ਆਪਣੇ ਕੱਪੜੇ ਦੇ ਵਿੱਚ ਜਿਹੜਾ ਕਾਣ ਪੈਣ ਲੱਗ ਜਾਂਦਾਗਾ ਆ ਦੇਖੋ ਇਹ ਬਾਜੂ ਦੀ ਛਾਂਟ ਹੁਣ ਦੇਖੋ ਆਪਾਂ ਟੱਕ ਲੈਣਾ ਤੇ ਹੁਣ ਆਪਾਂ ਦੇਖੋ ਦੋ ਪੱਲਿਆਂ ਦੇ ਵਿੱਚ ਛਾਂਟ ਪਾ ਦੇਣੀ ਆ ਇਹ ਦੇਖੋ ਆਪਣੀ ਬਾਜੂ ਦੀ ਕਟਾਈ ਹੋ ਗਈ ਉਸ ਤੋਂ ਬਾਅਦ ਹੁਣ ਦੇਖੋ ਆਪਾਂ ਕੁੰਦੇ ਕਟਾਂਗੇ ਇਸ ਤਰ੍ਹਾਂ ਆਪਾਂ ਤੈਂ ਲਾ ਲੈਣੀ ਆ ਦੇਖੋ ਕਈ ਵਾਰ ਹੁਣ ਜਿਵੇਂ ਆਪਾਂ ਇਹ ਡਬਲ ਕੱਪੜਾ ਕਰ ਲਿਆ ਇਹ ਦੇਖੋ ਹੁਣ ਆਪਣੀ ਡਬਲ ਦੇ ਵਿੱਚੋਂ ਸਲਵਾਰ ਆਜੂ ਤੇ ਕਈ ਵਾਰ ਦੇਖੋ ਕਪੜਾ ਕੱਟ ਹੁੰਦਾਗਾ ਡਬਲ ਚ ਨਹੀਂ ਵੀ ਆਉਂਦੀ ਸਲਵਾਰ ਤਾਂ ਦੇਖੋ ਟੈਂਸ਼ਨ ਲਾਈਨ ਦੀ ਕੋਈ ਜ਼ਰੂਰਤ ਨਹੀਂ ਸਲਵਾਰ ਫਿਰ ਦੇਖੋ ਸਿੰਗਲ ਪੱਲੇ ਦੇ ਵਿੱਚੋਂ ਵੀ ਬਣ ਜਾਂਦੀ ਹੈਗੀ ਆਸਣ ਪਾ ਕੇ ਤਾਂ ਆਪ ਉਹ ਵੀ ਬਣਾ ਸਕਦੇ ਆਂਗੇ ਇਹ ਦੇਖੋ ਹੁਣ ਆਪਾਂ ਲੰਬਾਈ ਲਾ ਲਈ ਲੰਬਾਈ ਲਾ ਕੇ ਦੇਖੋ 3 ਇੰਚ ਦੇਖੋ ਆਪਾਂ ਨੇ ਜਿਹੜਾ ਦਵਾ ਦਾ ਲਾਇਆ ਲੰਬਾਈ ਲਾ ਕੇ 3 ਇੰਚ ਦੇਖੋ ਆਪਾਂ ਨੇ ਦਵਾ ਦਾ ਲਾ ਲਿਆ ਕਿਉਂਕਿ ਇਹ ਕੱਪੜੇ ਦੀਆਂ ਕੰਨੀਆਂ ਬਹੁਤ ਜ਼ਿਆਦਾ ਚੌੜੀਆਂ ਨੇ ਇਸ ਕਰਕੇ ਦਬਾਅ ਥੋੜਾ ਜਿਹਾ ਜ਼ਿਆਦਾ ਆ ਜੂਗਾ ਸਲਾਈ ਦੇ ਵਿੱਚ ਵੈਸੇ ਤਾਂ ਦੇਖੋ ਜਦੋਂ ਆਪਾਂ ਨੇ ਪੂਰਾ ਪੂਰਾ ਪਹੁੰਚਾ ਪਾਇਆ ਜੇ 12 ਇੰਚ ਸੋਡੀ ਮੂਰੀਆ 12 ਇੰਚ ਹੀ ਪਹੁੰਚਾ ਪਾਇਆ ਤਾਂ ਫਿਰ ਦੇਖੋ 2 ਇੰਚ ਬਹੁਤ ਹੁੰਦਾਗਾ ਤੇ ਵੈਸੇ ਦੇਖੋ ਹੁਣ ਇਹਦੀਆਂ ਕੱਪੜੇ ਦੀਆਂ ਕੰਨੀਆਂ ਬਹੁਤ ਜ਼ਿਆਦਾ ਚੌੜੀਆਂ ਨੇ ਇਸ ਕਰਕੇ ਆਪਾਂ ਨੂੰ 3 ਇੰਚ ਦਬਾ ਜਿਹੜਾ ਲਾਉਣਾ ਪਿਆਗਾ ਇਹ ਹੁਣ ਦੇਖੋ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਸੈੱਟ ਕਰ ਲਾਂਗੇ ਇਸ ਤਰ੍ਹਾਂ ਸੈੱਟ ਕਰਕੇ ਹੁਣ ਚੋਲੀ ਦੀ ਸਲਾਈ ਜਿਹੜੀ ਆਪਾਂ ਦਬਾ ਉਹ ਕੱਢ ਦਾਂਗੇ 10 ਇੰਚ ਲਾ ਕੇ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਨੈਰੋ ਸਲਵਾਰ ਕਿਸ ਤਰ੍ਹਾਂ ਤਿਆਰ ਕਰਦੇ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਆ ਦੇਖੋ ਉੱਪਰੋਂ ਪੈਣਾ ਆਪਾਂ ਛਾਂਟ ਦੇਣਾਗਾ ਆ ਇਸ ਤਰ੍ਹਾਂ ਛਾਂਟ ਕੇ ਆ ਦੇ ਕਪੜਾ ਸੈੱਟ ਕਰ ਲੈਣਾ ਹੁਣ ਆਪਾਂ ਇਹ ਦੇਖੋ ਇੱਥੋਂ ਥੋੜਾ ਜਿਹਾ ਕਪੜਾ ਲੈ ਕੇ ਹੁਣ ਦੇਖੋ ਇੱਥੋਂ ਜਿਉਂ-ਜਿਉਂ ਆਪਾਂ ਨੀਚੇ ਜਾਵਾਂਗੇ ਤਾਂ ਕਪੜਾ ਜ਼ਿਆਦਾ ਕੱਢਾਂਗੇ ਦੇਖੋ ਇਸ ਤਰ੍ਹਾਂ ਇਹ ਇਹ ਦੇਖੋ ਨੇਰੋ ਜਿਹੜੀ ਸਲਵਾਰ ਆ ਉਹਦੀ ਕਟਾਈ ਆਗੀ ਇਸ ਤਰੀਕੇ ਨਾਲ ਦੇਖੋ ਕਟਾਈ ਹੁੰਦੀ ਹੈਗੀ ਇਹ ਏਸੀ ਦੇਖੋ ਆਪਣੀ ਸਾਰੀ ਕਟਾਈ ਉਸ ਤੋਂ ਬਾਅਦ ਹੁਣ ਆਪਾਂ ਕਟਾਂਗੇ ਲਾਈਨਿੰਗ ਆ ਦੇਖੋ ਲਾਈਨਿੰਗ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰ ਲਿਆ ਤਾਂ ਇਹ ਲਾ ਲਈ ਸਾਉ ਤੋਂ ਬੰਨਾ ਲਾਈਨਿੰਗ ਤਾਂ ਦੇਖੋ ਆਪਾਂ ਨੂੰ 5.5 ਲੈਣੀ ਚਾਹੀਦੀ ਆ ਕਿਉਂਕਿ ਇੱਦਾਂ ਇੰਚ ਤਾਂ ਲੈਣਗੇ ਦੇਖੋ ਸੁੰਗੜ ਜਾਂਦੀ ਆ ਕੁਸ ਕਾਂ ਚ ਨਿਕਲ ਜਾਂਦੀ ਆ ਇਹ ਹੁਣ ਆਪਾਂ ਦੇਖੋ ਤੈਨ ਲਾ ਕੇ ਬੰਨਾ ਆਪਾਂ ਲੰਬਾਈ ਲਾ ਲੈਣੀ ਆ ਜਿੰਨੀ ਪੂਰੀ ਪੂਰੀ ਆਪਾਂ ਨੇ ਲੰਬਾਈ ਲਾਉਣੀ ਆ ਜੇ 38 ਇੰਚ ਲੰਬਾਈ ਆ ਤਾਂ ਆਪਾਂ 38 ਇੰਚ ਹੀ ਪੀਸ ਲਾਵਾਂਗੇ ਲਾਈਨਿੰਗ ਦਾ ਹੁਣ ਦੇਖੋ ਸਾਈਡ ਤੋਂ ਲਾਈਨਿੰਗ ਦਾ ਜਦੋਂ ਆਪਾਂ ਨੇ ਪੀਸ ਲੈ ਲਿਆ ਇੱਕ ਪਾਸੇ ਸਾਈਡ ਤੋਂ ਆਪਾਂ ਨੇ ਲਾਉਣੇ ਆ ਪੌਂਚੇ ਤੇ ਸਭ ਤੋਂ ਪਹਿਲਾਂ ਦੇਖੋ ਇਹਨੂੰ ਮੈਨਣਾ ਬਹੁਤ ਜ਼ਰੂਰੀ ਹੈ ਜਦੋਂ ਆਪਣਾ ਦੇਖੋ ਆਪਣੇ ਘੇਰ ਮੈਨ ਲਿਆ ਉਸ ਤੋਂ ਬਾਅਦ ਘੇਰ ਮਣ ਕੇ ਤੁਸੀਂ ਦੇਖੋ ਵੀ ਪੌਂਚੇ ਪੈਂਦੇ ਆ ਜੇ ਪੌਂਚੇ ਪੈਂਦੇ ਆ ਤਾਂ ਠੀਕ ਹੈ ਜੇ ਨਹੀਂ ਵੀ ਪੌਂਚੇ ਪੈਂਦੇ ਤਾਂ ਤੁਸੀਂ ਇਹ ਕੱਪੜੇ 'ਚੋਂ ਬਾਹ ਪਾ ਸਕਦੇ ਹੋਗੇ ਤੇ ਅਗਲੀ ਅਗਲੇ ਪਾਸੇ ਤੋਂ ਤੁਸੀਂ ਪੌਂਚੇ ਲੈ ਸਕਦੇ ਹੋ ਇਸ ਤਰੀਣੀ ਵੀ ਤੁਸੀਂ ਕਟਾਈ ਕਰ ਸਕਦੇ ਹੋ ਪਰ ਦੇਖੋ ਆਪਣੇ ਸਾਈਡ ਤੋਂ ਪੌਂਚੇ ਆਪਣੇ ਲੈ ਗਏ ਕਿਉਂਕਿ ਨਾ ਪਤਲਾ ਕਿਸ ਕਰਕੇ ਇਹ ਦੇਖੋ ਇਹ ਆਪਾਂ ਨੇ ਜੈਂਪਰ ਦਾ ਪੀਸ ਵੀ ਲਾਤਾ ਪੌਂਚੇ ਵੀ ਬਣ ਗਏ ਹੁਣ ਆਪਾਂ ਦੇਖੋ ਕਟਾਂਗੇ ਬਾਜੂ ਇਹ ਬਾਜੂ ਦੀ ਲੰਬਾਈ ਆਪਾਂ ਉਸੇ ਤਰ੍ਹਾਂ 2 ਇੰਚ ਆਪਾਂ ਨੇ ਜ਼ਿਆਦਾ ਲਾਉਣੀ ਆਗੀ ਆ ਦੇਖੋ 2 ਇੰਚ ਆਪਾਂ ਜ਼ਿਆਦਾ ਲਾਵਾਂਗੇ ਆ ਦੇਖੋ ਏਸੀ ਆਪਣੀ ਬਾਹਾਂ ਦੀ ਕਟਾਈ ਆ ਦੇਖੋ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਬਚ ਗਿਆ ਪੀਸ ਇਹਦੇ ਆਪਾਂ ਸਲਵਾਰ ਇਸੇ ਤਰ੍ਹਾਂ ਹੀ ਸੈੱਟ ਕਰਾਂਗੇ ਸਲਵਾਰ ਸੈੱਟ ਕਰਕੇ ਦੇਖੋ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਦੇਖੋ ਪਿਛਾਵਾਗੇ ਕਿਉਂਕਿ ਜਿਹੜਾ ਇਹ ਪੀਸ ਆ ਇਹਨੂੰ ਆਪਾਂ ਪਹਿਨਾ ਚੰਗੀ ਤਰ੍ਹਾਂ ਦੇਖੋ ਲੈਂਡਿੰਗ ਨੂੰ ਸੈੱਟ ਕਰਨਾ ਹੁੰਦਾ ਕਿਉਂਕਿ ਇਹ ਚ ਬਾਦਕਾਟ ਬਹੁਤ ਜ਼ਿਆਦਾ ਹੁੰਦੀ ਆ ਸੈੱਟ ਕਰਕੇ ਆਪਾਂ ਉੱਪਰ ਸਲਵਾਰ ਦਾ ਪੀਸ ਧਰ ਕੇ ਤੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਨੇ ਕਟਾਈ ਕਰਨੀ ਆ ਆ ਦੇਖੋ ਇਹ ਆਪਾਂ ਨੇ ਇੱਕ ਪੀਸ ਜਿਹੜਾ ਉਹ ਕੱਟ ਲੈ ਲੈਂਡਿੰਗ ਦਾ ਇਸੇ ਤਰ੍ਹਾਂ ਹੀ ਦੇਖੋ ਇਹ ਜਿਹੜਾ ਪੀਸ ਆਪਾਂ ਦੂਸਰੀ ਸਾਈਡ ਰੱਖਾਂਗੇ ਆ ਦੇਖੋ ਜੀ ਦੂਸਰੀ ਸਾਈਡ ਰੱਖ ਕੇ ਚੰਗੀ ਤਰ੍ਹਾਂ ਆ ਦੇਖੋ ਜੇ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲੈਣਾਗਾ ਸੈੱਟ ਕਰਕੇ ਦੇਖੋ ਚੰਗੀ ਤਰ੍ਹਾਂ ਉਸ ਤੋਂ ਬਾਅਦ ਦੇਖੋ ਆਪਾਂ ਇਹਦੀ ਕਟਾਈ ਕਰਾਂਗੇ ਆ ਦੇਖੋ ਨੀਚੋਂ ਵੀ ਆਪਾਂ ਕਿਉਂਕਿ ਆਪਾਂ ਨੇ ਨੀਚੋਂ ਛਾਂਟ ਪਾਈ ਆ ਇਸ ਕਰਕੇ ਲੈਨਿੰਗ ਦਾ ਪੀਸ ਵੀ ਨਿਕਲੂਗਾ ਨੀਚੋਂ ਤੇ ਉੱਪਰੋਂ ਵੀ ਕਟਾਈ ਹੋ ਗਈ ਦੇਖੋ ਜੀ ਇਹ ਦੇਖੋ ਆਪਣੀ ਸੀ ਸਲਵਾਰ ਦੀ ਕਟਾਈ ਨੇ ਕੁ ਸਲਵਾਰ ਵੀ ਕੱਟੀ ਗਈ ਜੈਂਪਰ ਵੀ ਕਟਿਆ ਗਿਆ ਨਾਲ ਦੀ ਨਾਲ ਆਪਾਂ ਨੇ ਲਾਈਨਿੰਗ ਵੀ ਕੱਟ ਕੇ ਦਿਖਾਈਏ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਜੀ ਬਦਤ ਤੋਂ ਬਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਹੋਰ ਕਿਸੇ ਪ੍ਰਕਾਰ ਦੀ ਵੀਡੀਓ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ